12 अप्रैल नूं जो पटियाला सनौर सब्जी मंडी विखे एक बहुत ही दुखदाई घटना हुई सी, जिस विच साडा एक बहादुर साथी एएसआई हरजीत सिंह बहुत गंभीर रूप से जख्मी हो गया सी, जिहदा हत्थ वड्या गया सी, ते बाकी पुलिस मुलाजम भी जख्मी हुए सी। उस संबंधी असीं मुकदमा दर्ज करके वह मुकदमे की आइंदा तफतीश के जिहड़ा डेरा खिचड़ी साहब घराली विखे असी उन्हों जिहड़े 11 आदमी गिरफ्तार किए सी, उन्हां दे विच्चों जिन्हां तों असला पिस्तौल पेट्रोल बम गैस सिलेंडर ते होर कई नशीलियां वस्तां रिकवर होईयां सी। उस संबंधी जिहड़ा अगे तफतीश जारी सी, ਇਹ ਤਫਤੀਸ਼ ਨੂੰ ਅਸੀਂ SPD ਪਟਿਆਲਾ ਉਹਦੀ ਅਗਵਾਈ ਵਿੱਚ ਇੱਕ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ, ਅਤੇ ਜੋ ਕਿ ਇਹਦੇ ਹਰ ਪੱਖਾਂ ਤੋਂ ਬੜੀ ਡੂੰਘਾਈ ਨਾਲ ਇਹਦੀ ਤਫਤੀਸ਼ ਕੀਤੀ ਜਾ ਸਕੇ। ਅੱਜ ਅਸੀਂ ਉਸ ਮੁਕੱਦਮੇ ਦੇ ਵਿੱਚ ਜਿਹੜੇ ਕਿ ਪੂਰੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਹੋਇਆਂ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਅਤੇ ਨੰਨਾ, ਜਿਨ੍ਹਾਂ ਦਾ ਉਹ ਸਾਰੇ ਮਾਮਲੇ ਦੇ ਵਿੱਚ ਘੱਟ ਰੋਲ ਪਾਇਆ ਗਿਆ, ਉਸ ਨੂੰ ਹਮਦਰਦੀ ਦਾ, ਇਹ ਚਾਰ ਜਣਿਆਂ ਦਾ ਘੱਟ ਰੋਲ ਪਾਇਆ ਗਿਆ, ਇਸ ਨੂੰ ਹਮਦਰਦੀ ਦਾ ਵਤੀਰਾ ਰੱਖਦੇ ਹੋਏ ਅਤੇ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਦਰਖਾਸਤ ਦੇ ਕੇ ਇਹਨਾਂ ਨੂੰ ਇਸ ਮੁਕੱਦਮੇ ਦੇ ਵਿੱਚੋਂ ਰਿਹਾਅ ਕਰਾਇਆ ਗਿਆ। ਇਸ ਲਈ ਇਹ ਹੁਣ ਬਾਕੀ ਜਿਹੜੇ ਸਾਡੇ ਕੋਲ ਇਸ ਟਾਈਮ 6 ਵਿਅਕਤੀ ਜਿਹੜੇ ਕਿ ਪੁਲਿਸ ਹਿਰਾਸਤ ਵਿੱਚ ਹਨ, ਜਿਨ੍ਹਾਂ ਵਿੱਚੋਂ ਬਲਵਿੰਦਰ ਸਿੰਘ ਜਿਹੜਾ ਕਿ ਇਹਨਾਂ ਦਾ ਮੁਖੀ ਹੈ ਅਤੇ ਜਿਹਦਾ ਪਿਛੋਕੜ ਵੀ ਅਪਰਾਧਕ ਕਿਸਮ ਦਾ, ਅਤੇ ਉਸ 'ਤੇ ਪਹਿਲਾਂ ਵੀ 3 ਮੁਕੱਦਮੇ ਦਰਜ ਹੋਏ ਹਨ, ਉਸ ਦੇ ਸਮੇਤ ਜਗਮੀਤ ਸਿੰਘ, ਬੰਤ ਸਿੰਘ ਉਰਫ ਕਾਲਾ, ਗੁਰਦੀਪ ਸਿੰਘ, ਜਗੀਰ ਸਿੰਘ, ਮਨਿੰਦਰ ਸਿੰਘ ਉਹ ਜ਼ੀਰੇ ਪੁਲਿਸ ਰਿਮਾਂਡ ਹੈ, ਨਿਰਭੈ ਸਿੰਘ ਜੁਡੀਸ਼ਲ ਰਿਮਾਂਡ ਦੇ ਵਿੱਚ ਹੈ, ਅਤੇ ਦੋਸ਼ੀ ਗੁਰਮੀਤ ਸਿੰਘ ਉਰਫ ਮੀਤ ਥਾਣਾ ਅਮਰਗੜ੍ਹ ਦੀ ਭਾਲ ਜਾਰੀ ਹੈ। ਅਤੇ ਇਸ ਲਈ ਮੁਕੱਦਮੇ ਦੀ ਆਇੰਦਾ ਤਫਤੀਸ਼ ਅਸੀਂ ਕਰਾਂਗੇ ਅਤੇ ਜੋ ਵੀ ਕੋਈ ਹੋਰ ਇਹਦੇ 'ਚ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਮੈਂ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਪਟਿਆਲਾ। ਪਹਿਲੇ ਮੈਂ ਆਪਣੇ ਦਿਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਜੀ, ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਹੈਗਾ ਪਿਛਲੇ 3 ਹਫ਼ਤੇ, ਬਹੁਤ ਸਰਾਹਣੀਯੋਗ ਹੈ ਜੀ। ਸਾਡਾ ਬਹੁਤ ਮਨੋਬਲ ਵਧਿਆ ਹੈਗਾ ਔਰ ਮੈਂ ਆਸ਼ਾ ਕਰਦਾ ਜਿਹੜਾ ਅਗਲਾ 19 ਦਿਨ ਦਾ ਲੋਕਡਾਊਨ ਪੀਰੀਅਡ ਵਧਿਆ ਹੈ, ਇਹਦੇ ਵਿੱਚ ਵੀ ਤੁਸੀਂ ਹੁਣ ਵੱਧ ਕੇ ਸਾਡਾ ਜਿਹੜਾ ਹੈ ਕੋਆਪਰੇਸ਼ਨ ਦੋਗੇ ਔਰ ਸਪੋਰਟ ਦੋਗੇ। ਦੋ ਚਾਰ ਚੀਜ਼ਾਂ ਬਹੁਤ ਛੇਤੀ ਛੇਤੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ। ਕੱਲ੍ਹ ਬੜੀ ਖੁਸ਼ੀ ਦੀ ਗੱਲ ਸੀਗੀ, ਸਾਡਾ ਇੱਕ ਕੇਸ ਜਿਹੜਾ ਪੋਜ਼ਿਟਿਵ ਆਇਆ ਸੀਗਾ, ਕੱਲ੍ਹ ਡਿਸਚਾਰਜ ਹੋਇਆ, ਬਟ ਨਾਲ ਦੇ ਨਾਲ ਕੱਲ੍ਹ ਸ਼ਾਮ ਨੂੰ ਫਿਰ ਇੱਕ ਕੇਸ ਪੋਜ਼ਿਟਿਵ ਆਇਆ ਰਹੇਗਾ ਸਫਾਬਾਦੀ ਗੇਟ ਦੇ ਕੋਲ ਜਿਹੜਾ ਰਹਿੰਦਾ ਹੈਗਾ। ਦਿਸ ਇਜ਼ ਐਨ ਅਲਾਰਮਿੰਗ ਸਿਚੁਏਸ਼ਨ, ਆਪਾਂ ਨੂੰ ਹੁਣ ਜਿਹੜਾ ਹੈ ਸਚੇਤ ਹੋਣ ਦੀ ਲੋੜ ਹੈ। ਸਟੇਜ 3 ਜਿਹਨੂੰ ਕਹਿੰਦੇ ਆ ਕਮਿਊਨਿਟੀ ਟਰਾਂਸਮਿਸ਼ਨ, ਉਹਦੇ ਵਿੱਚ ਇਹਦਾ ਇਸ਼ਾਰਾ ਹੈਗਾ, ਅਤੇ ਮੈਂ ਫਿਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਜੀ, ਆਪਣੇ ਘਰੇ ਬੈਠੋ, ਅਸੀਂ ਤੁਹਾਡੇ ਨਾਲ ਹੈ, ਤੁਹਾਡੇ ਨਾਲ ਖੜੇ ਹੈ, ਤੁਹਾਡੀ ਸਪਲਾਈ ਲਾਈਨ ਸਾਰੀ ਓਪਨ ਹੈਗੀ ਆ, ਪਲੀਜ਼ ਆਪਣੇ ਘਰੇ ਬੈਠੋ ਜੀ। ਮੈਂ ਇਸ ਵੇਲੇ ਜਿਹੜੀ ਇਸ ਤਰ੍ਹਾਂ ਦੀ ਗੱਲਾਂ ਕਰ ਰਿਹਾ, ਐਕਚੁਅਲੀ ਚਿੰਤਾ ਹੈਗੀ ਆ, ਬਾਕੀ ਸਾਡਾ ਜਿਹੜਾ ਮਸ਼ੀਨਰੀ ਉਹ ਸਾਰਾ ਕੁਝ ਇਨ ਪਲੇਸ ਹੈਗਾ। ਇਹਦੇ ਨਾਲ ਜਿਹੜੀ 2-3 ਚੀਜ਼ ਜੁੜੀਆਂ ਹੈਗੀਆਂ, ਹੁਣ ਮੈਂ ਲੰਗਰ ਜਿਹੜਾ ਹੈਗਾ ਆਪਣੇ ਪੂਰੇ ਜ਼ਿਲ੍ਹੇ 'ਚ ਬੰਦ ਕਰਤਾ ਹੈਗਾ ਜੀ। ਲੰਗਰ ਦੇ ਕਰਕੇ ਕਈ ਵਾਰ ਟਰਾਂਸਮਿਸ਼ਨ ਦਾ ਖਤਰਾ ਵੱਧ ਜਾਂਦਾ ਹੈਗਾ, ਅਤੇ ਮੈਂ ਸਾਰੇ ਜਿੰਨੀ ਵੀ ਸੰਸਥਾ ਹੈ ਜੋ ਚੰਗਾ ਕੰਮ ਕਰਦੇ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਹੁਣ ਤੁਸੀਂ ਘਰ ਬੈਠੋ ਜੀ, ਇਹ ਸਾਡਾ ਕੰਮ ਹੈ, ਤੁਹਾਨੂੰ ਅਗਰ ਕੋਈ ਕੋਆਪਰੇਸ਼ਨ ਦੇਣੀ ਤਾਂ ਰੈੱਡ ਕ੍ਰਾਸ ਦੇ ਵਿੱਚ ਆ ਕੇ ਆਪਣਾ ਸਹਿਯੋਗ ਪਾਓ। ਨਾਲ ਦੇ ਨਾਲ ਅਸੀਂ ਕੱਲ੍ਹ ਤੋਂ ਜਿਹੜਾ ਹੈਗਾ ਪਟਿਆਲਾ ਕਾਰਪੋਰੇਸ਼ਨ, ਜਿਹੜੀ 4.25 ਲੱਖ ਦੀ ਆਬਾਦੀ ਹੈ, ਉਹਦੀ 100% ਸਕਰੀਨਿੰਗ ਕਰਾਉਣੇ ਜਾ ਰਹੇ, ਅਤੇ ਪਲੀਜ਼ ਮੈਂ ਲੋਕਾਂ ਨੂੰ ਅਪੀਲ ਕਰਦਾ ਇਹਦੇ ਵਿੱਚ ਸਹਾਇਤਾ ਦਿਓ, ਆਪਣੇ ਅਗਰ ਕੋਈ ਸਿਮਟਮ ਹੈਗੇ ਸਾਨੂੰ ਦੱਸੋ, ਇਹ ਤੁਹਾਡੇ ਲਈ ਹੈ, ਤੁਹਾਡੇ ਪਰਿਵਾਰ ਦੇ ਲਈ, ਆਪਣੇ ਪਟਿਆਲੇ ਵਾਲਿਆਂ ਦੇ ਲਈ ਹੈਗੇ। ਲਾਸਟ ਬਟ ਨੋਟ ਦ ਇੰਪੋਰਟੈਂਟ ਐਂਡ ਬਟ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਆਰ ਪ੍ਰੋਕਿਓਰਮੈਂਟ ਸੀਜ਼ਨ, ਉਹ ਸਾਡਾ ਸ਼ੁਰੂ ਹੋ ਗਿਆ, ਬੜੇ ਤਰੀਕੇ ਨਾਲ ਸ਼ੁਰੂ ਹੋਇਆ, ਕੋਈ ਵੀ ਕਮੀ ਬੇਸ਼ੀ ਆ ਰਹੀ ਅਸੀਂ ਨਾਲ ਦੇ ਨਾਲ ਉਹਨੂੰ ਠੀਕ ਕਰ ਰਹੇ ਹਾਂ ਜੀ। ਕਿਸਾਨ ਵੀਰਾਂ ਨੂੰ ਇੱਕ ਹੀ ਅਪੀਲ ਕਰਨਾ ਚਾਹੁੰਦਾ ਜੀ, ਰਾਤ ਨੂੰ ਕਣਕ ਨਾ ਵੱਢੋ, ਉਹਦੇ ਕਰਕੇ ਮੋਇਸਚਰ ਆ ਜਾਂਦਾ ਔਰ ਕਹੀਂ ਨਾ ਕਹੀਂ ਮੰਡੀਆਂ 'ਚ ਗਲੱਟ ਪੈਦਾ ਹੋ ਜਾਂਦਾ ਹੈਗਾ। ਅੰਤ 'ਚ ਮੈਂ ਇਹੀ ਕਹਿਣਾ ਚਾਹੂੰਗਾ, ਨੋਟ ਐਜ਼ ਅ ਡਿਪਟੀ ਕਮਿਸ਼ਨਰ, ਤੁਹਾਡਾ ਬੇਟਾ ਬਣ ਕੇ, ਤੁਹਾਡਾ ਭਰਾ ਬਣ ਕੇ ਅਤੇ ਬੱਚਿਆਂ ਦਾ ਗਾਰਜੀਅਨ ਬਣ ਕੇ ਮੈਂ ਸਿਰਫ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਜੀ, ਅਗਲੇ 19 ਦਿਨ ਘਰੇ ਬੈਠੋ। ਆਈ ਅਸ਼ਿਓਰ ਯੂ ਵਿਦ ਫੁੱਲ ਮਾਈ ਕੌਨਫੀਡੈਂਸ ਔਰ ਮੈਨੂੰ ਪੂਰਨ ਵਿਸ਼ਵਾਸ ਹੈ, ਅਸੀਂ ਇਸ ਵਾਰ ਤੋਂ ਨਿਜਾਤ ਪਾ ਪਾਵਾਂਗੇ। ਧੰਨਵਾਦ, ਜੈ।